ਤਨੇ ਬਣਾਈ ਰਮਣੀ ਤਬ ਕਿਉਂ ਕਹਾਂ ਸੇ ਕਿਉਂ ਨੀ ਪੁੱਛੋ ਸੁੱਛੋ ਬਣ ਬਾਕੀ ਆਇਆ ਉਹਨੇ ਜੀਰਾ ਬਾਜੀਗਰ ਜੀ ਬਾਜ ਅਰੇ ਸਾਈ ਬਾਜੀਗਰ ਜੀ ਬਾਜੀ ਤੋਂ ਉਹ ਮਿੱਥਿਆ ਹੈ ਇਹ ਦੱਸਣ ਦੇ ਦੱਸਣ ਦੇ ਯਾਰ ਇਹ ਤੇ ਤਾਂਡੇ ਕਰੋ ਤੇ ਕਿਹੜੀ ਚੇਰ ਆਉਂਦੀ ਆਏ ਕੋ ਪੰਡਤ ਸ੍ਰੀ ਰਾਮ ਦੁਨੀਆਂ ਜੀ ਕਾ ਸ਼ਹਿਰ ਹੀ ਕਰ ਰਹਿੰਦੀ ਬਾਜੀਗਰ ਜੀ ਬਾਜਵਾ ਕਰਾ ਕੇ ਆ ਜੀ ਸੁਪਨੇ ਮੈਂ ਤਾਂ ਨੀ ਸੁੱਧ ਟੁਕੜ ਮਾਰੂ ਸੁਪਨ ਨੂੰ ਲੈ ਦੋ ਇਸੇ ਤੋਂ ਤਾਂ ਮਰੀ ਮਰੀ ਰਿਸ ਮਰੀ ਰਿਮ ਸੁਣ ਮਰੀ ਰਿਸ ਮਰੀ ਕਿਉਂ ਕਿ ਉੱਥੋ ਅਕੋ ਪੁਲੀ ਅਰੇ ਬਸਾਈ ਤਾਂ ਜ਼ਰੂਰਤ ਹੈ ਮੂੰ ਸੁਪਨੇ ਮੈਂ ਪਾਣੀ ਕਹੇ ਤੋ ਤਾਂ ਮਰੀ ਸ੍ਰੀ ਰਾਮ ਹੀ ਪੁਸੁਪਨ ਹੋਇਆ ਕਿ ਹੀ ਪੁਸੁਪਨ ਹੋਇਆ ਸਿਪੁਰ ਸੰਸਾਰ ਦੇ ਵਾਸਤੇ ਭਗਵਾਨ ਕੇ ਤਿਆਗ ਨੂੰ ਤਿਆਗ ਕਰਨ ਪਏ ਤਾਂ ਕਿ ਮਤਾ ਤਿਆਗੀ ਭਗਵਾਨ ਜੇ ਜਗਤ ਦੇ ਨਾਲ ਭਗਵਾਨ ਕੇ ਤਿਆਗ ਨੂੰ ਪਏ ਤਾਂ ਭਗਵਾਨ ਕਹਿੰਦੇ ਤਿਆਗ ਦੇ ਸ਼ੁਕਲਾ ਭਗਵਾਨ ਜੀ ਲਾ ਜਗਤ ਕੇ ਤਿਆਰ ਕਰੂ ਤਿਆਰ ਕਰੂ ਪਏ ਤਾਂ ਕਿ ਕਿਆ ਨਹੀਂ ਛੱਡ ਜਗ ਸੰਸਾਰ ਕੇ ਤਿਆਰ ਗਏ ਥੇ ਭਗਵਾਨ ਨੇ ਕਹਿੰਦੇ ਤਿਆਰ ਤੇ ਸੱਚ ਕਿ ਮੂੰਹ ਚਾਹੋ ਤੇ ਸੰਸਾਰ ਦੇ ਵਾਸਤੇ ਭਗਵਾਨ ਕੇ ਤਿਆਰ ਕਰੂ ਪਵੇ ਤਾਂ ਕਿ ਨਾ ਤਿਆਗ ਨਹੀਂ ਭਗਵਾਨ ਕੇ ਭਗਵਾਨ ਲਾ ਸੰਸਾਰ ਕੇ ਤਿਆਗ ਕਰੂ ਪਏ ਤਾਂ ਕਿ ਤਿਆਗੇ ਸਰ ਭਗਵਾਨ ਕੇ ਨਾ ਤਿਆਗੀ ਦੇ ਤਾਂ ਕਿ ਸੰਸਾਰ ਦੇ ਤਿਆਗ ਕਰਨ ਦੀ ਜ਼ਰੂਰਤ ਹੀ ਕਾਨ ਸੀ ਉਹ ਵਾਲਾ ਕੀ ਹੈ ਕਿ ਭਗਵਾਨ ਜਿੱਤੇ ਕਿੱਥੇ ਆ ਸੰਸਾਰ ਚੋ ਮੂੰ ਚੋ ਤਾਂ ਭਗਵਾਨ ਜਿੱਤੇ ਕਿੱਥੇ ਆ ਕਿਰਗੋ ਹੀ ਅਸਾਂਜੇ ਕੰਨ ਮੈਂ ਵਿਠਵਾ ਜੀ ਕਿ ਨਾ ਇਰਗੋ ਭਗਵਾਨ ਹੀ ਮਗਰ ਭਗਵਾਨ ਆਏ ਜਗਤ ਰੂਪ ਮੈਂ ਪ੍ਰਤੀ ਕਿਹਾ ਤੋ ਆਏ ਭਗਵਾਨ ਠੀਕ ਹੈ ਜੀ ਗਹਿਰੀ ਕੀ ਗਹਿਰੀ ਗੱਲ ਆਏ ਸਤਸੰਗ ਆਏ ਰਾਮ ਜੀ ਸਤਸੰਗ ਆਏ ਅਖਾਈ ਮਾਖਾਈ ਤਾਂ ਕੇ ਬਾਲਕ ਵਿਦਿਆਰਥੀ ਨੂੰ ਸਜਾਈਦਾ ਸਿੱਧ ਕੀਤੇ ਸੋਤਾ ਉਹ ਭਗਵਾਨ ਅਥੋ ਠੀਕ ਸਾਧਾ ਚੋ ਕਿਆ ਜਵਾ ਥੋੜ ਕੀਤਾ ਸੋਤਾ ਸੋ ਭਗਵਾਨ ਹੈ ਸੱਚ ਦਾ ਅਨੰਦ ਪਾਰ ਬ੍ਰਹਮਾ ਹੈ ਸੱਚ ਦਾ ਆਨੰਦ ਸਰੂਪ ਹੈ ਮਾਇਆ ਜੇ ਕਰੇ ਤਾਂ ਕਿ ਜਗਤ ਪ੍ਰਤੀ ਥਿਏ ਤੋ ਸਿੱਧਾ ਕਿਰਣਾ ਹਵਾ ਰਹਿਤੀ ਆ ਤਾਂ ਕਿ ਉੱਤੇ ਪਾਣੀ ਪ੍ਰਤੀ ਥਿਏ ਤੋ ਆਏ ਆਕਾਸ਼ ਹੀ ਆਕਾਸ਼ ਮਤੇ ਤਾਂ ਕੇ ਕਾਰਾ ਪ੍ਰਤੀ ਥੇ ਸੀ ਹਜ਼ਾਰੇ ਦਗੀਨਾ ਪਿਆਏ ਸੋ ਨਵੇਂ ਤਾਂ ਕੇ ਦਗੀਨਾ ਪ੍ਰਤੀ ਥੀ ਤਾਂ ਵੋ ਸੋ ਤੀ ਹਿਤੇ ਕੀ ਹਿਤੇ ਪਾਰ ਬ੍ਰਹਮ ਸਚਦਾਨੰਦ ਮੇਹੀ ਜਗਤ ਪ੍ਰਤੀ ਥੇ ਥੋ ਸਵਾਏ ਉਹਨੇ ਦੇ ਕਿ ਉਹਨੇ ਦੇ ਸਵਾਏ ਹਿਕੜੀ ਜ਼ਰੇ ਜੇਤਰੀ ਦਿੱਲੀ ਚਾਹੇ ਕੱਲ ਵੇਦਵਾਣੀ ਬੁਧਾਏ ਸੀ ਨੈਨਾ ਨਾ ਸੀ ਕਿੰਚਨ ਜ਼ਰੇ ਮਾਤਰ ਪੀ ਨਾ ਹੈ ਜੇ ਉਹ ਜੇ ਤਾਂ ਦੁੱਤਿਆ ਦੋਏ ਤਾਂ ਭਯਮ ਭਵਤੀ ਜਿਤ ਦੋਏ ਤਾਂ ਆਏ ਉਹ ਤਾਂ ਸੂਰ ਦੁੱਖ ਕਸ਼ਟ ਹੈ ਮੁਸੀਬਤ ਹੋਏ ਸ੍ਰੀ ਰਾਮ ਹਰ ਉਹਦੀ ਮੁੱਲ ਪਾਲ ਜੂਰੂ ਥਾ ਜਨੀ ਬੁੱਧੂ ਥਾ ਪਰ ਤੂੰ ਦੌੜੂ ਆਏ ਜੋ ਸੁਣਾਈ ਤਾਂ ਜੂਲੂ ਮੌਜ ਵਠੂ ਸ੍ਰੀ ਰਾਮ ਇਹ ਬ ਥੀਂਦੋ ਆ ਕਿਆ ਥੀਂਦੋ ਆ ਬੇਦਲ ਸਾਈ ਚਾਹਵਾ ਤੋਰੀ ਬਿਨਾ ਨਾ ਹੈ ਮੇਰੋ ਹਲੀ ਆਵ ਹਿਜਾਬੂ ਆਈ ਨੂਰ ਕਰ ਜ਼ਹੂਰ ਤੀ ਨਿਰਵਾਰ ਨਿਕਟਾ
मतलब सोई छा चाहियो ॾाढी सुहिणी तुक वधायत हिकिड़ी सां निहाल थी वञ चोरीअ बिना न हलियो अख खोले ॾिस वे चए थो उतस्थी जागृत प्राप्य होना न मोदक उथी अवदा जे निंड मां जाग पाण ते पस नरेश ॿुधाइनि था तोरीअ बिना नाए ॿियो हली आव हिजाबूं ऐं सच जा ॻोल्हाऊं जिज्ञासूं तोरीअ बिना नाह ॾियो सवाइ तुंहिंजे ॿियो की कोन्हे तुंहिंजी जान उहो पार ब्रह्म परमात्मा आहे हे जेकी ॾिसे ॿियो हद मांस हे पंजो इहे तुंहिंजी जान कोन्हे तोरीअ बिना नाए ॿियो हली आव हिजाबूं आई नूर कर रहूर थी निर्वार नताबू पारसी में चइजे नूर संस्कृत में उनखे चइजे चेतन पाण सिंधी में उनखे चऊं ज्ञान स्वरूप ज्ञान स्वरूप उहो आहे जो जंहिंजे बल सां जंहिंजे शक्तिअ सां जंहिंजे ताक़त सां ॼाणूं हासिल कयूं था रूप खे ॾिसूं पिया रूप खे ॼाणूं पिया रस खे ॼाणूं पिया सुगंधी दुर्गंधीअ खे ॼाणूं पिया कोसाण थधाण कठोर कोमल खे ॼाणूं पिया उहे ॼाण स्वरूप जे मदद सां पई बस हक़ीक़त पाईंदी मूं मोड़ किताब सर्वशास्त्र में चतुर बी चतुर वेद स्थित वात आत्म ज्ञान ज्ञान योजूदर बीहर पा सभई पण वेठो हुजे पर जे ॿोध न थियसि आत्मा खे न सुञातई त ई कीअं कोन थियो श्री राम पंहिंजो कर्तव्य पाले सुखे पंहिंजो हाणे छा था करियो की प्रार्थना थो करे हीअ प्रार्थना केसी ताईं कजे की जेसी शरीर हुजे तेसी ताईं करियूं पोइ बसि ठीकु आहे न हे भॻवान सभिनी खे सुख थी ॾे शक्ति ॾे निरोगता ॾे पंहिंजो पंहिंजो कर्तव्य पाले चुकियो हे भॻवान सभिनी खे सुख थी ॾे शक्ति ॾे शक्ति ॾे निरोगता ॾे निरोगता ॾे पंहिंजो